ਜਸਟਿਸ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਜਦ ਵਾਰਡ ਖੇਤ ਨੂੰ ਖਾ ਗਈ 4 ਦਸੰਬਰ 1973 ਦੀ ਸ਼ਾਮ ਨੂੰ ਨਵੀਂ ਦਿੱਲੀ ਦੀ ਪੌਸ਼ ਸ਼ਬਾਦੀ ਡਿਫੈਂਸ ਕਲੋਨੀ ਚ ਸਨਸਨੀ ਫੈਲ ਗਈ ਜਦ ਕੋਈ ਦੋ ਆਦਮੀ ਸ਼ਹਿਰ ਦੇ ਵਿਖਿਆਤ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਐਨ ਐਸ ਜੈਨ ਦੀ ਪਤਨੀ ਨੂੰ ਉਹਦੇ ਨੱਕ ਦੀ ਛਾਂਚ ਕਤਲ ਕਰਕੇ ਦੌੜ ਗਏ ਇਹ ਘਟਨਾ ਸ਼ਾਮ ਦੇ 7:30 ਵਜੇ ਵਾਪਰੀ ਤੇ ਉਸ ਤੋਂ 3 ਘੰਟੇ ਬਾਅਦ ਡਾਕਟਰ ਜੈਨ ਨੇ ਪੁਲਿਸ ਨੂੰ ਦੱਸਿਆ ਅੱਜ ਸਵਾ 7 ਵਜੇ ਮੈਂ ਆਪਣੀ ਚਾਂਦਰੀ ਚੌਕ ਵਾਲੀ ਦਫ਼ਤਰ ਤੇ ਡਿਫੈਂਸ ਕਲੋਨੀ ਚ ਆਪਣੇ ਮਕਾਨ ਤੇ ਪਹੁੰਚਿਆ ਤੇ ਗੁਸਲਖਾਨੇ ਚ ਦਾਖਲ ਹੁੰਦਿਆਂ ਆਪਣੀ ਪਤਨੀ ਨੂੰ ਕਿਹਾ ਕਿ ਡਿਫੈਂਸ ਕਲੋਨੀ ਚ ਮੇਰੀ ਭੈਣ ਮਿਸਜ਼ ਐਸ ਕੇ ਜੈਨ ਦੇ ਮਕਾਨ ਨੰਬਰ ਸੀ 499 ਤੇ ਮਿਲਣ ਚੱਲਣ ਲਈ ਤਿਆਰ ਹੋ ਜਾਏ ਅਸੀਂ ਦੋਵੇਂ ਘਰੋਂ ਨਿਕਲ ਕੇ ਕੋਠੀ ਨੰਬਰ ਡੀ 292 ਸਾਹਮਣੇ ਖੜੋਤੀ ਕਾਰ ਵੱਲ ਚੱਲ ਪਏ ਮੈਂ ਸੱਜੇ ਪਾਸਿਓਂ ਕਾਰ ਦਾ ਦਰਵਾਜ਼ਾ ਖੋਲਣ ਲਈ ਅੱਗੇ ਵਧਿਆ ਜਦ ਕਿ ਮੇਰੀ ਪਤਨੀ ਖੱਬੇ ਹੱਥ ਹੋ ਗਈ ਅਜੇ ਚਾਬੀ ਕਾਰ ਦੇ ਤਾਲੇ 'ਚ ਨਹੀਂ ਸੀ ਪਈ ਜਦ ਮੈਂ ਕੁਝ ਕਸ਼ਮਕਸ਼ ਜੀ ਹੁੰਦੀ ਸੁਣੀ ਜਿਸ ਤੋਂ ਅਹਿਸਾਸ ਹੋਇਆ ਕਿ ਕਾਰ ਦੇ ਖੱਬੇ ਪਾਸੇ ਕੁਝ ਗੜਬੜ ਹੈ ਮੈਂ ਕਾਰ ਦੇ ਪਿੱਛੇ ਦੀ ਹੋ ਕੇ ਉਹਦੇ ਖੱਬੇ ਪਾਸੇ ਗਿਆ ਪਰ ਉੱਥੇ ਕੋਈ ਵੀ ਨਜ਼ਰ ਨਾ ਆਇਆ ਤੇ ਮੈਨੂੰ ਹੈਰਾਨੀ ਹੋਣ ਲੱਗੀ ਕਿ ਇੱਕ ਕੱਖ ਦੇ ਫੋਰਚ ਮੇਰੀ ਪਤਨੀ ਨਾਲ ਕੀ ਪਾਣਾ ਬੀਤ ਗਿਆ ਸਾਡੇ ਘਰਾਂ ਦੀ ਦੀਵਾਰ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਨਾਲੀ ਹੈ ਉਸ ਚ ਮੈਂ ਕੁਝ ਸਰਸਰਾਹਟ ਅਨੁਭਵ ਕੀਤੀ ਉਧਰ ਦੇਖਿਆ ਤਾਂ ਉਸ ਨਾਲੀ ਚ ਕੋਈ ਇੱਕ ਜਣਾ ਲੰਮਾ ਪਿਆ ਸੀ ਤੇ ਕੋਈ ਹੋਰ ਕੁਝ ਹਰਕਤ ਜਿਹੀ ਕਰੀ ਜਾ ਰਿਹਾ ਸੀ ਮੈਂ ਇੱਕਦਮ ਸਹਾਇਤਾ ਲਈ ਸ਼ੋਰ ਪਾਉਣਾ ਸ਼ੁਰੂ ਕੀਤਾ ਉਸ ਸਮੇਂ ਆ ਕਾਦਮੀ ਛਾਲ ਮਾਰ ਕੇ ਨਾਲੀ ਚੋਂ ਬਾਹਰ ਆਇਆ ਤਾਂ ਮੈਂ ਉਹ ਤੋਂ ਪੁੱਛ ਗੇਚ ਕਰਨੀ ਸ਼ੁਰੂ ਕਰਤੀ ਪਰ ਉਹਨੇ ਰਿਵਾਲਵਰ ਜਈ ਕੋਈ ਚੀਜ਼ ਮੇਰੇ ਵੱਲ ਸੈਨ ਲਈ ਮੈਂ ਸ਼ੋਰ ਮਚਾਉਣਾ ਜਾਰੀ ਰੱਖਿਆ ਤੇ ਮੈਨੂੰ ਸਮਝ ਆ ਗਈ ਕਿ ਮੇਰੀ ਪਤਨੀ ਹੈ ਜਿਹੜੀ ਨਾਲੀ ਚ ਪਈ ਕਰਾਂ ਰਹੀ ਹੈ ਤਦੇ ਮੇਰਾ ਮਹਿਮਾਨ ਠਾਕਰ ਰਾਮ ਸਿੰਘ ਉਹਦੀ ਪਤਨੀ ਕਿਰਨ ਬਾਈ ਤੇ ਸਾਡੇ ਨੌਕਰ ਕੁੰਦਨ ਸਿੰਘ ਤੇ ਗੰਗਾ ਸਿੰਘ ਮੌਕੇ ਤੇ ਆ ਗਏ ਉਹਨਾਂ ਨੇ ਮੇਰੀ ਅਜੇ ਵੀ ਕਰਾਈ ਜਾਂਦੀ ਪਤਨੀ ਨੂੰ ਚੁੱਕ ਲਿਆ ਉਸ ਛੇਨ ਮੈਂ ਦੋ ਆਦਮੀ ਉੱਤਰ ਵੱਲ ਜਾਂਦੇ ਵੇਖੇ ਉਹਨਾਂ ਦੀ ਉਮਰਾਂ ਲਗਭਗ 25 ਤੇ 35 ਸਾਲ ਦੇ ਵਿੱਚ ਘਾਰ ਸਨ ਕਾਦੇ ਤਕਰੀਬਨ 5 ਫੁੱਟ 7 ਇੰਚ ਉਹਨਾਂ ਦੇ ਮੂੰਹਾਂ ਤੇ ਦਾੜੀਆਂ ਨਹੀਂ ਸਨ ਪਰ ਸਿਰ ਦੇ ਵਾਲ ਪੂਰੇ ਸਨ ਤੇ ਉਹ ਅਸਤਵਿਅਸਤ ਸਨ ਉਹਨਾਂ ਦੇ ਧੁੰਦ ਲਈ ਸਫੈਦ ਧੋਤੀਆਂ ਤੇ ਕਮੀਜ਼ ਪਹਿਨੇ ਹੋਏ ਸਨ ਮੈਂ ਆਪਣੀ ਪਤਨੀ ਨੂੰ ਤੁਰੰਤ ਕਾਰ ਚ ਪਾਇਆ ਤੇ ਬਿਨਾਂ ਇਹ ਜਾਣੇ ਕਿ ਉਹਦੀ ਹਾਲਤ ਕਿੰਨੀ ਕੁ ਗੰਭੀਰ ਹੈ ਉਹਨੂੰ ਫਟਾਫਟ ਸੇਨ ਨਰਸਿੰਗ ਹੋਮ ਲੈ ਗਿਆ ਉੱਥੇ ਪਹੁੰਚ ਕੇ ਪਤਾ ਲੱਗਾ ਕਿ ਉਹ ਮਰ ਚੁੱਕੀ ਹੈ ਜਿਨ੍ਹਾਂ ਦੋ ਬੰਦਿਆਂ ਦਾ ਉੱਪਰ ਜ਼ਿਕਰ ਕੀਤਾ ਗਿਆ ਉਹਨਾਂ ਨੇ ਮੇਰੀ ਪਤਨੀ ਵਿਦਿਆ ਜੈਨ ਨੂੰ ਕਤਲ ਕਰ ਦਿੱਤਾ ਤਾਂ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏ। ਪੁਲਿਸ ਨੇ ਡਾਕਟਰ ਜੈਨ ਦੇ ਬਿਆਨ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਤੇ ਆਪਣੀ ਤਫ਼ਤੀਸ਼ ਦੀ تکمیل ਉਪਰੰਤ ਉਸੇ ਨੂੰ ਮੁਲਜ਼ਮ ਵਜੋਂ ਅਦਾਲਤ ਦੇ ਕਟਹਿਰੇ ਚ ਲਿਆ ਖੜਾ ਕੀਤਾ। ਉਹਦੇ ਨਾਲ 6 ਦੋਸ਼ੀ ਹੋਰ ਸਨ। ਚੰਦਰੇਸ਼ ਸ਼ਰਮਾ, ਰਕੇਸ਼ ਕੌਸ਼ਿਕ, ਭਗੀਰਦ, ਕਲਿਆਣ ਗੁਪਤਾ, 우ਜਾਗਰ ਸਿੰਘ ਤੇ ਕਰਤਾਰ ਸਿੰਘ। ਪੁਲਿਸ ਦੀ ਇਕੱਤਰ ਕੀਤੀ شہادت ਅਨੁਸਾਰ ਵਿਦਿਆ ਜਨ ਦਾ ਕਤਲ ਉਕਤ ਦੋਸ਼ੀਆਂ ਦੀ ਸਾਜ਼ਿਸ਼ ਤੇ ਸਿੱਟੇ ਵਜੋਂ ਅਮਲ ਚਾਇਆ ਸੀ। ਰਾਮਜੀ ਇੱਕ ਟੈਕਸੀ ਡਰਾਈਵਰ ਸੀ। ਉਹ ਸਾਜ਼ਿਸ਼ 'ਚ ਸ਼ਾਮਲ ਸੀ। ਉਹ ਸਰਕਾਰ ਦਾ ਵਾਅਦਾ ਮੁਆਫ਼ ਗਵਾਹ ਬਣ ਗਿਆ। ਵਿਦਿਆ ਜਨ ਦੀ ਲਾਸ਼ ਦਾ ਮੁਆਇਨਾ ਹੋਇਆ ਤਾਂ ਉਹਦੇ ਜਿਸਮ ਉੱਤੇ 15 ਸੱਟਾਂ ਮਿਲੀਆਂ। ਉਹਨਾਂ ਸੱਟਾਂ ਵਿੱਚੋਂ 14 ਤੇਜ਼ ਧਾਰ ਹਥਿਆਰ ਨਾਲ ਮਰੀਆਂ ਗਈਆਂ। ਤੇ ਭਾਵੇਂ ਹਮਲਾ ਹੋਣ ਸਮੇਂ ਉਹਨੇ 19 ਛਾਲ 19 ਪੋ ਲੋਅਰ ਬਲਾਊਜ਼ ਤੇ ਬ੍ਰਾ ਪਹਿਨੇ ਹੋਏ ਸਨ। ਦੋ ਵਾਰ ਉਹ ਹਥਿਆਰ ਉਹਦੇ ਖੱਬੇ ਫੇਫੜੇ 'ਚ ਖੁੱਭ ਗਿਆ ਸੀ ਤੇ ਇੱਕ ਵਾਰ ਉਹਦੇ ਪੇਟ ਵਿੱਚ ਹੋ ਕੇ ਉਹਦੀ ਅੰਤੜੀ ਵਿੱਚ 15ਵੀਂ ਸੱਟ ਉਹਦੀ ਟੁੱਟੀ ਹੋਈ ਬਾਹ ਦੇ ਰੂਪ ਵਿੱਚ ਸੀ ਤੇ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੀ رائے ਅਨੁਸਾਰ ਇਹ ਸੱਟ ਵਿਦਿਆ ਦੇ ਮਰਨ ਦੇ ਬਾਅਦ ਵੱਜੀ ਸੀ ਕਿਉਂਕਿ ਇਸ ਗੱਲ ਦੀ ਕੋਈ ਸ਼ਹਾਦਤ ਨਹੀਂ ਸੀ ਕਿ ਵਿਦਿਆ ਜਨ ਦੀ ਦੇ ਨਾੜੀ 'ਚ ਚੁੱਕ ਲਈ ਜਾਣ ਬਾਅਦ ਕਿਤੇ ਉਚਾਈ ਤੇ ਡਿੱਗ ਪਈ ਸੀ ਸੰਭਵ ਸੀ ਉਹ ਹੱਡੀ ਉਹਦੇ ਨਾੜੀ 'ਚ ਸੁਟੇ ਜਾਣ ਸਮੇ ਟੁੱਟੀ ਹੋਈ ਦੋਸ਼ੀਆਂ ਚੋਂ ਇੱਕ ਚੰਦਰੇਸ਼ ਸ਼ਰਮਾ 20 ਸਾਲ ਦੀ ਭਰ ਜਵਾਨੀ ਉਮਰ ਚ ਵਿਧਵਾ ਹੋ ਗਈ ਸੀ 4 ਕੁ ਸਾਲ ਬਾਅਦ 1964 ਚ ਉਹਨੇ ਕਪਤਾਨ ਵਾਈ.ਡੀ ਸ਼ਰਮਾ ਨਾਲ ਦੁਬਾਰਾ ਸ਼ਾਦੀ ਕਰ ਲਈ ਇਹ ਸੰਜੋਗ ਬਹੁਤਾ ਪੱਕਾ ਪੈਰਾ ਸਿੱਧਣਾ ਹੋਇਆ ਤੇ ਉਹਨੇ 27 ਮਾਰਚ 1967 ਨੂੰ ਅਦਾਲਤ ਵਿੱਚ ਕਾਨੂੰਨੀ ਅਲੈਦਗੀ ਦੀ ਦਰਖਾਸਤ ਗੁਜ਼ਾਰ ਦਿੱਤੀ ਜਿਵੇਂ ਉਹਦੇ ਪਤੀ ਦਾ ਵੀ ਦੰਪਤੀ ਜੀਵਨ ਤੋਂ ਢਿੱਡ ਭਰ ਗਿਆ ਹੋਵੇ ਉਹਨੇ ਆਪਣੀ ਪਤਨੀ ਦੀ ਉਪਰੋਕਤ ਦਰਖਾਸਤ ਦਾ ਵਿਰੋਧ ਨਾ ਕੀਤਾ ਤੇ ਉਹ 22 ਅਗਸਤ 1967 ਨੂੰ ਮਨਜ਼ੂਰ ਹੋ ਗਈ। 1 ਅਪ੍ਰੈਲ 1967 ਨੂੰ ਚੰਦਰੇਸ਼ ਸ਼ਰਮਾ ਨੂੰ ਡਾਕਟਰ ਜੈਨ ਨੇ 300 ਰੁਪਏ ماہਵਾਰ ਤੇ ਆਪਣੀ ਸਖਤਰ ਨਿਯੁਕਤ ਕਰ ਲਿਆ ਪਰ ਉਹਦਾ ਵਰਤ ਵਿਹਾਰ ਵਿਦਿਆ ਜੈਨ ਨੂੰ ਅਜਿਆ ਚੁਭਿਆ ਕਿ ਉਹਨੇ ਜ਼ੋਰ ਪਾ ਕੇ ਉਹਨੂੰ 1 ਮਹੀਨੇ ਬਾਅਦ ਹੀ ਹਟਵਾ ਦਿੱਤਾ। ਉਨੇ ਆਪਣੀ ਇੱਕ ਪड़ोसन शीला खन्ना ਨੂੰ ਦੱਸਿਆ ਕਿ चंद्रेश ਖਾਣੇ ਦੀ ਮੇਜ਼ ਉੱਤੇ ਬਹਿ ਕੇ ਅਜਿਹੀਆਂ ਹਰਕਤਾਂ ਕਰਦੀ ਸੀ ਜਿਨ੍ਹਾਂ ਤੋਂ ਜ਼ਾਹਰ ਹੋਵੇ ਕਿ ਘਰ ਦੀ ਮਾਲਕਣ ਉਹੀ ਹੋਈ ਹੈ ਉਸੇ ਸਾਲ ਡਾਕਟਰ ਜੈਨ ਤੇ चंद्रेश ਸ਼ਰਮਾ ਸੈਰ-ਸਪਾਟਾ ਕਰਨ ਕਸ਼ਮੀਰ ਗਏ ਸਨ ਤੇ ਸ਼੍ਰੀਨਗਰ ਦੀ ਇੱਕ ਹਾਊਸਬੋਟ 'ਚ ਠਹਿਰੇ ਸਨ ਉਸ ਸਮੇਂ ਖਿੱਚੀਆਂ ਗਈਆਂ ਉਹਨਾਂ ਤਸਵੀਰਾਂ ਤੋਂ ਸਪਸ਼ਟ ਸੀ ਕਿ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਚੰਦਰੇਸ਼ ਸਮੇਂ-ਸਮੇਂ ਡਾਕਟਰ ਜੈਨ ਤੇ ਚੰਗੀਆਂ-ਮੋਟੀਆਂ-ਮੋਟੀਆਂ ਰਕਮਾਂ ਹਾਸਲ ਕਰਦੀ ਰਹੀ। ਉਹਦੀ ਨੌਕਰੀ ਤੋਂ ਅਲੱਗਾ ਹੁਣ ਪਿੱਛੋਂ ਵੀ ਇੱਕ ਰਕਮ ਤਾਂ 8400 ਰੁਪਏ ਦੀ ਸੀ। ਕਤਲ ਦੇ ਸਾਲ 1973 ਵਿੱਚ ਡਾਕਟਰ ਜੈਨ ਆਪਣੀ ਪਤਨੀ ਸਮੇਤ ਤਕਰੀਬਨ ਢਾਈ ਮਹੀਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦਾ ਪਰਮਣ ਕਰਨ ਗਏ। 27 ਜੁਲਾਈ ਨੂੰ ਉਹ ਮੁੜੇ ਤੇ 1 ਅਗਸਤ ਨੂੰ ਡਾਕਟਰ ਜੈਨ ਨੇ 1600 ਰੁਪਏ ਦਾ ਬੈਂਕ ਡਰਾਫਟ ਬਣਵਾ ਕੇ ਚੰਦਰੇਸ਼ ਸ਼ਰਮਾ ਦੇ ਹਿਸਾਬ 'ਚ ਜਮਾ ਹੋਣ ਲਈ ਕੰਬਾਲੇ ਦੀ ਬੈਂਕ ਨੂੰ ਭੇਜ ਦਿੱਤਾ 1967 ਦੇ ਆਰੰਭ ਵਿੱਚ ਸ਼ੁਰੂ ਹੋਇਆ ਉਹਨਾਂ ਦਾ ਮਾਸ਼ਕਾ 1973 ਵਿੱਚ ਵੀ جاری ਸੀ ਸਨ 1970 71 ਚ ਚੰਦਰੇਸ਼ ਸ਼ਰਮਾ ਨੇ ਮੁਜ਼ੱਫਰਨਗਰ ਦੇ ਇੱਕ ਜੋਤਸੀ ਆਨੰਦ ਮਨੀ ਤੋਂ ਦੋ ਜਨਮ ਪੱਤਰੀਆਂ ਤਿਆਰ ਕਰਵਾਈਆਂ ਇੱਕ ਆਪਣੀ ਦੂਜੀ ਸਮਤ 77 ਵਿੱਚ ਪੈਦਾ ਹੋਏ ਇੱਕ ਮਰਦ ਦੀ ਜਿਹੜਾ ਜੈਨਵੰਚਦਾ ਸੀ ਪੈਲੀ ਦਸੰਬਰ 73 ਨੂੰ ਉਹ ਦਿੱਲੀ ਭਗਵਾਨ ਦਾਸ ਨਾਮ ਦੇ ਇੱਕ ਵਿਅਕਤੀ ਕੋਲ ਗਈ ਜਿਹੜਾ ਆਪਣੇ ਜੀ ਪਰਚਾਵੇ ਲਈ ਜੋਤਿਸ਼ ਦਾ ਅਧਿਐਨ ਕਰਦਾ ਸੀ ਤੇ ਉਸ ਤੋਂ ਪੁੱਛਿਆ ਕਿ ਮੇਰੀ ਉਸ ਆਦਮੀ ਨਾਲ ਸ਼ਾਦੀ ਹੋ ਜਾਏਗੀ ਜਿਹਦੇ ਨਾਲ ਮੇਰੀ ਦੋਸਤੀ ਚੱਲ ਰਹੀ ਹੈ ਉਹ ਜੋਤਿਸ਼ੀ ਦੇ ਪੁੱਛਣ ਤੇ ਉਹਨੇ ਦੱਸਿਆ ਕਿ ਉਸ ਆਦਮੀ ਦੀ ਉਮਰ 55 ਸਾਲ ਹੈ ਉਹਦਾ ਨਾਮ ਨੰਨਾ ਅੱਖਰ ਨਾਲ ਸ਼ੁਰੂ ਹੁੰਦਾ ਹੈ ਇਹ ਨਾਮ ਨਰੈਣ ਨੱਥੂ ਨਰਿੰਦਰ ਜਾਂ ਕੁਝ ਵੀ ਹੋ ਸਕਦਾ ਹੈ ਉਹਦੀ ਰਾਸ਼ੀ বৃশ্চਿਕ ਹੈ ਤੇ ਉਹ ਸ਼ਾਦੀ ਸੁਦਾਏ ਜਿਹੜਾ ਦੋ ਭਗਵਾਨ ਦਾਸ ਨੇ ਕਿਹਾ ਕਿ ਉਹ ਕੋਈ ਵਸਤਾ ਘਰ ਨਹੀਂ ਉਜਾੜਨਾ ਚਾਹੁੰਦਾ ਤਾਂ ਉਹ ਬੋਲੀ ਕਿ ਸਾਡੀਆਂ ਜਨਮ ਪੱਤਰੀਆਂ ਪੜ੍ਹ ਕੇ ਤੈਨੂੰ ਯਕੀਨ ਹੋ ਜਾਏਗਾ ਕਿ ਉਹ ਸਾਦਮੀ ਦੀ ਪਤਨੀ ਉਹਦੀ ਪਤਨੀ ਰਹਿਣ ਦੇ ਯੋਗ ਨਹੀਂ ਉਹਨੇ ਅਗਲੇ ਦਿਨ ਉਹ ਜਨਮ ਪੱਤਰੀਆਂ ਪਹੁੰਚਾਉਣ ਦਾ ਵਾਅਦਾ ਕੀਤਾ ਤੇ ਆ ਪਾ ਕੇ ਉਹਦੀ ਪਾਲਣਾ ਵੀ ਕਰ ਗਈ ਉਹ ਜਵਾਨੀ ਦੀ ਟੀਸੀ ਪਾਰ ਕਰ ਬੈਠੀ ਸੀ ਤੇ ਹੋਰ ਦੇਰ ਕੀਤਿਆਂ ਹੋ ਸਕਦਾ ਸੀ ਕਿ ਉਹ ਡਾਕਟਰ ਜੈਨ ਦੇ ਮਨੋਂ ਉਤਰ ਜਾਏ ਜੁਡੀਸ਼ੀਅਲ ਪ੍ਰੇਸ਼ਨ ਦੀ ਡਿਗਰੀ 1960 ਤੋਂ ਉਹਦੇ ਜੇਬ 'ਚ ਸੀ ਤੇ ਉਹਦੇ ਆਧਾਰ ਤੇ ਤਲਾਕ ਲੈਣ 'ਚ ਕੋਈ ਮੁਸ਼ਕਲ ਪੇਸ਼ ਨਹੀਂ ਸੀ ਹੋਣ। ਇਹਦੇ ਵਿਰੁੱਧ ਡਾਕਟਰ ਜੈਨ ਆਪਣੀ ਵੋਟੀ ਨਾਲ ਬੱਜਿਆ ਹੋਇਆ ਸੀ ਤੇ ਉਹਦੇ ਨਾਲ ਸ਼ਾਦੀ ਕਰਵਾਉਣ ਲਈ ਉਹਦੀ ਵੋਟੀ ਦਾ ਕੰਡਾ ਕੱਢਣਾ ਜ਼ਰੂਰੀ ਸੀ। ਡਾਕਟਰ ਜੈਨ ਲਈ ਵਿਦਿਆ ਜੈਨ ਉਹਨਾਂ ਦੇ ਇਸ਼ਕ ਦੇ ਰਾਹ ਦਾ ਰੋੜਾ ਤਾਂ ਸੀ ਹੀ ਉਹਦਾ ਚਲਣ ਵੀ ਸ਼ੱਕ ਮੁਕਤ ਨਹੀਂ ਸੀ। ਪੀ ਐਨ ਗੁਪਤਾ ਨਾਲ ਉਹਦਾ ਖੁੱਲਾ ਮੇਲ ਜੋਨ ਸੀ ਜੈਨਾ ਦੀਆਂ ਕੀਮਤਾਂ ਬਰਮਣਾ ਨੂੰ ਨਾ ਜਚਣ ਕਰਕੇ ਉਹਨਾਂ ਨੇ ਆਪਣੀ ਲੜਕੀ ਦੀ ਉਹਨਾਂ ਦੇ ਲੜਕੇ ਅਜੇ ਨਾਲ ਕੀਤੀ ਮੰਗਣੀ ਤੋੜ ਲਈ ਉਪਰੋਕਤ ਮਿੱਤਰਤਾ ਡਾਕਟਰ ਜੈਨ ਪਸੰਦ ਨਹੀਂ ਸੀ ਕਰਦਾ ਪੁਲਿਸ ਦੀ ਪੇਸ਼ ਕੀਤੀ ਚਾਰਜ ਸ਼ੀਟ ਅਨੁਸਾਰ ਇਸ ਤਰ੍ਹਾਂ ਵਿਦਿਆ ਜੈਨ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ ਮੁੱਢ ਵੱਜ ਗਿਆ ਰਕੇਸ਼ ਕੌਸ਼ਕ ਦਿੱਲੀ ਛੋਣੀ ਦੀ 17 ਵਹੀਕਲ ਬਟਾਲੀਅਨ ਚ ਐਜੂਕੇਸ਼ਨ ਹੌਲਦਾਰ ਸੀ ਚੰਦਰੇਸ਼ ਸ਼ਰਮਾ ਤੇ ਉਹਨਾਂ ਨਾਲ ਵੀ ਚੰਗਾ ਉੱਠਣ-ਬੈਠਣ ਸੀ ਕਿਸੇ ਅਜਨਬੀ ਨਾਲ ਵਾਕਫੀ ਕਰਾਉਣੀ ਹੁੰਦੀ ਤਾਂ ਕਦੇ ਰਾਕੇਸ਼ ਉਹਨੂੰ ਆਪਣੀ ਭੈਣ ਦਾ သੱਕ ਕਦੇ ਦੋਸਤ ਕਦੇ ਪਰਜਾਈ ਚੰਦਰੇਸ਼ ਡਾਕਟਰ ਜੈਨ ਨਾਲ ਵਿਆਹ ਕਰਾਉਣ ਦੀ ਨੀਅਤ ਦੇ ਸੰਮੁਖ ਉਹਨੇ ਵਿਧਿਆ ਜੈਨ ਲਈ ਕਤਲ ਲੱਭਣ ਦਾ ਭੇੜਾ ਚੁੱਕ ਲਿਆ ਨਾਇਬ ਸੁਬੇਦਾਰ ਰਾਮਫਲ ਜਿਹਦੇ ਮਾਥ ਹੱਥ ਰਾਕੇਸ਼ ਕੰਮ ਕਰਦਾ ਸੀ ਹਰਿਆਣੇ ਦੇ ਪਿੰਡ ਹਲਾਲਪੁਰ ਦਾ ਰਹਿਣ ਵਾਲਾ ਸੀ ਉਸੇ ਪਿੰਡ ਦਾ ਵਾਸੀ ਸੀ ਇੱਕ ਬਦਨਾਮ ਬਦਮਾਸ਼ ਕਰਨ ਸਿੰਘ राकेश ਨੇ ਕਿਤੇ रामफल ਤੋਂ ਸੁਣ ਲਿਆ ਕਿ ਕਰਨ ਸਿੰਘ ਦਿੱਲੀ ਹੀ ਰਾਜਪੁਰ ਰੋਡ ਤੇ ਮUNICIPAL ਕਮੇਟੀ ਦੇ ਦਫ਼ਤਰ ਪਿੱਛੇ ਰਹਿੰਦਾ ਹੈ। ਉਹਨੇ ਕਰਨ ਸਿੰਘ ਦਾ ਉਹ ਟਿਕਾਣਾ ਜਾ ਲੱਭਿਆ। राकेश ਨੇ ਕਰਨ ਸਿੰਘ ਤੋਂ ਪੁੱਛਿਆ ਸੀ ਕਿ ਕੀ ਉਹ ਇੱਕ ਡਾਕਟਰ ਦੀ ਪਤਨੀ ਨੂੰ ਕਤਲ ਕਰ ਸਕੇਗਾ। ਕਰਨ ਸਿੰਘ ਨੇ ਜਵਾਬ ਦਿੱਤਾ ਮੈਂ ਇਸ ਸਜਾ ਤੇ ਵਿਚਾਰ ਕਰਾਂਗਾ। ਕੁਝ ਦਿਨਾਂ ਬਾਅਦ राकेश ਫੇਰ ਉਹਦੇ ਕੋਲ ਗਿਆ ਤੇ ਐਤਕਾ ਚੰਦਰੇਸ਼ ਸ਼ਰਮਾ ਵੀ ਉਹਦੇ ਨਾਲ ਸੀ। ਉਹਨੇ ਕਿਹਾ ਉਪਰੋਕਤ ਕੰਮ ਲਈ ਤਾਂ ਉਹ 20000 ਰੁਪਏ ਦੇਵਾਂਗੇ 10000 ਪਹਿਲਾਂ 10000 ਪਿੱਛੋਂ ਤੇ 1200 ਜਾਣੋ ਸਾਈ ਵੱਜੋਂ ਉਸ ਦਿਨ ਹੀ ਅਦਾ ਕਰ ਦਿੱਤੇ ਕਿਉਂਕਿ ਕਰਨ ਸਿੰਘ ਨੇ 1200 ਲੈ ਕੇ ਚੰਗੀ ਤਰ੍ਹਾਂ ਹਾਂ ਨਾ ਕੀਤੇ ਰਾਕੇਸ਼ ਨੇ 14 ਤਰੀਕ ਨੂੰ ਪੇਸ਼ ਕੀ ਦਾ 10000 ਲਿਆਉਣ ਦਾ ਵਾਅਦਾ ਕੀਤਾ ਜਿਵੇਂ ਉਹਨਾਂ ਨੇ ਕਿਹਾ ਸੀ ਰਾਕੇਸ਼ ਤੇ ਚੰਦਰੇਸ਼ ਸੱਚਮੁੱਚ 14 ਸਤੰਬਰ ਨੂੰ ਕਰਨ ਸਿੰਘ ਦੇ ਘਰ ਪਹੁੰਚ ਗਿਆ ਚੰਦਰੇਸ਼ ਨੇ 10000 ਰੁਪਏ ਦੇ ਨੋਟ ਆਪਣੇ ਬੈਗ ਚੋਂ ਕੱਢੇ ਕਰਨ ਸਿੰਘ ਨੂੰ ਫੜਾ ਦਿੱਤੇ ਕਰਨ ਸਿੰਘ ਕਾਫੀ ਖਿੜਿਆ ਹੋਇਆ ਆਦਮੀ ਸੀ ਉਹਨੇ ਦੋਸ਼ੀਆਂ ਤੋਂ ਮਿਲੇ ਕੁਝ ਪੈਸੇ ਮੱਜਾਂ ਦੀ ਖਰੀਦ ਦਾ ਕਰਜ਼ਾ ਉਤਾਰਨ ਲਈ ਵਰਤ ਲਏ ਬਾਕੀ ਇੱਕ ਟਰੱਕ ਦਾ ਮਾਲਕ ਬਣਨ ਵਿੱਚ ਤੇ ਉਹਦਾ ਕਤਲ ਕਰਨ ਦਾ ਉੱਕਾ ਕੋਈ ਇਰਾਦਾ ਨਹੀਂ ਸੀ ਤੇ ਨਾ ਉਹਦੇ ਰਾਹ ਪਿਆ ਰਾਕੇਸ਼ ਨੇ ਆਪਣੇ ਪੈਸੇ ਮੁੜਵਾਉਣੇ ਚਾਏ ਤਾਂ ਉਹਨੇ ਕੋਈ ਆਈ ਗਈ ਨਾ ਦਿੱਤੀ ਪੰਚਾਇਤ ਕੋਲੇ ਮਾਮਲਾ ਉਠਾਉਣ ਦੀ ਧਮਕੀ ਦਿੱਤੀ ਉਹ ਕਹਿੰਦਾ ਸੀ ਦੱਸੋਗੇ ਪੰਚਾਇਤ ਨੂੰ ਕਾਦੇ ਲਈ ਪੈਸੇ ਦਿੱਤੇ ਸੀ ਉਨਾ ਦਾ ਇਸ ਬੰਧ ਵਿੱਚ ਰਾਮ ਫਲ ਤੋਂ ਪਾਇਆ ਦਬਾਵੀ ਕਿਸੇ ਕੰਮ ਨਾ ਆਇਆ ਕਿਉਂਕਿ ਨਾ ਉਹਨੇ ਕਰਨ ਸਿੰਘ ਨੂੰ ਕਤਲ ਕਰਨ ਲਈ ਕਿਹਾ ਸੀ ਤੇ ਨਾ ਉਹ ਤੋਂ ਪੈਸੇ ਮੜਵਾਉਣ ਦੀ ਜ਼ਿੰਮੇਵਾਰੀ ਉਹਦੀ ਸੀ 29 ਸਤੰਬਰ 73 ਨੂੰ ਰਾਕੇਸ਼ ਕੌਸ਼ਿਕ ਦੀ ਗਿਆ ਡਾਕਟਰ ਜਨਦੀਫੀ ਐਟ ਕਾਰ DL ਤੇ 11 ਵਿੱਚ ਉਹਦਾ ਪ੍ਰਯੋਜਨਿਕ ਸਿਆਣੇ ਤੋਂ ਘਾਤ ਪੁੱਛਣਾ ਸੀ ਉਹਨਾਂ ਦੇ ਚਿਤਵੇ ਹੋਏ ਕਾਰਜ ਲਈ ਸ਼ੁਭ ਸਮਾ ਪਰ ਉਹ ਸਿਆਣਾ ਆਪਣੇ ਪਿੰਡ ਨਾ ਮਿਲਿਆ ਤੇ ਗੱਡੀ ਦੇ ਰਾਹ ਚ ਫੇਲ ਹੋ ਜਾਣ ਕਰਕੇ ਫੋਨ ਉੱਤੇ ਟੈਕਸੀ ਲੈ ਕੇ ਵਾਪਸ ਮੋੜਨਾ ਪਿਆ 5 ਨਵੰਬਰ ਨੂੰ ਰਾਕੇਸ਼ ਨੇ 20 ਦਿਨ ਦੀ ਛੁੱਟੀ ਲੈ ਲਈ ਤੇ ਉਤਾਰ ਦੇ ਕੇ 10 ਦਿਨ ਲਈ ਹੋਰ ਵਧਵਾ ਲਈ ਪੁਲਿਸ ਦੇ ਕਾਨੂੰਨ ਅਨੁਸਾਰ ਇਹ ਛੁੱਟੀ ਕਾਤਲਾਂ ਦਾ ਪ੍ਰਬੰਧ ਕਰਨ ਖਾਤਰ ਲਈ ਗਈ ਸੀ ਰਾਕੇਸ਼ ਨੇ ਆਪਣੀ ਦਰਖਾਸਤ ਵਿੱਚ ਲਿਖਿਆ ਸੀ ਕਿ ਛੁੱਟੀ ਦੀ ਲੋੜ ਉਹਦੀ ਪਤਨੀ ਦਾ ਦੇਹਾਂਤ ਹੋਣ ਕਾਰਨ ਪਈ ਪਰ ਹਕੀਕਤ ਵਿੱਚ ਇਹ ਬਹਾਨਾ ਬੇਬੁਨਿਆਦ ਸੀ ਉਹਦੀ ਪਤਨੀ ਚੰਗੀ ਭਲੀ ਜਿਉਂਦੀ ਸੀ ਚਰਖੀ ਦਾਦਰੀ ਕਿਰਲੋਸਕਰ ਐਂਡ ਕੰਪਨੀ ਕੋਲ ਇੱਕ ਮਿਸਤਰੀ ਵਜੋਂ ਕੰਮ ਕਰਦਾ ਸੀ ਸਵਾ 200 ਰੁਪਏ ਦੇ ਕਰੀਬ ਤਨਖਾਹ ਉੱਤੇ 20 ਸਾਲ ਦੀ ਉਮਰ ਦਾ ਰਾਮਕਿਸ਼ਨ ਰਾਕੇਸ਼ ਉਹਨੂੰ ਜਾਣਦਾ ਸੀ ਕਿਉਂਕਿ ਉਹਦਾ ਆਪਣਾ ਪਿੰਡ ਦਾਦਰੀ ਦੇ ਕੋਲ ਹੀ ਸੀ ਤੇ ਨਵੰਬਰ ਦੇ ਅਖੀਰਲੇ ਹਫਤੇ ਰਾਕੇਸ਼ ਨੇ ਉਹਨੂੰ ਕਿਹਾ ਤੂੰ ਮੇਰੇ ਨਾਲ ਦਿੱਲੀ ਚੱਲ ਉੱਥੇ ਮੇਰੇ ਮਸਡੀਜ਼ ਟਰੱਕ ਲਈ ਰਿੰਗ ਲਿਓਣੇ ਆ ਰਾਮਕਿਸ਼ਨ ਨੇ ਇਸੇ ਵਾਰ ਲਈ ਕਿਰਾਏ ਤੇ ਰੋਟੀ ਦੇ ਖਰਚ ਤੋਂ ਬਿਨਾ 10 ਰੁਪਏ ਰੋਜ਼ ਮੰਗੇ ਤੇ ਰakesh ਨੇ ਉਹਦੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ। ਰਾਮਕਿਸ਼ਨ ਨੇ ਆਪਣੀ ਮਾਲਕਾ ਤੋਂ ਛੁੱਟੀ ਲੈ ਲਈ। ਉਹ ਅਗਲੇ ਦਿਨ ਸ਼ਾਮ ਦੇ 4 ਵਜੇ ਦਿੱਲੀ ਪਹੁੰਚ ਗਏ। ਬੱਸ ਸਟੈਂਡ ਤੋਂ ਉਹ ਖਾਜੀ ਗਏ ਜਿੱਥੇ ਰakesh ਨੇ ਉਹਨੂੰ 5 ਰੁਪਏ ਚਾਹ ਪੀਣ ਲਈ ਦਿੱਤੇ। ਆਪ ਉਹਨੂੰ ਇੰਤਜ਼ਾਰ ਕਰਨ ਲਈ ਕਹਿ ਕੇ ਕਿਧਰੇ ਚਲਾ ਗਿਆ। ਅੱਧੇ ਘੰਟੇ ਬਾਅਦ ਵਾਪਸ ਆ ਕੇ ਉਹਨੂੰ ਰਾਤ ਕੱਟਣ ਲਈ ਛਾਣੀ ਲੈ ਆਂਦਾ। ਅਗਲੀ ਸਵੇਰ ਉਹਨੂੰ ਮੁੜ ਖਾਜੀ ਲੈ ਗਿਆ। ਉਹਨੂੰ ਕੱਲਾ ਛੱਡ ਕੇ ਆਪਕੇ ਦਰੇ ਚਲਾ ਗਿਆ ਤੇ ਘੰਟੇ ਪਿੱਛੋਂ ਮੁੜ ਕੇ ਉਹਨੂੰ ਰੁਪਏ ਦੇ ਦਿੱਤੇ ਤੇ ਦੱਸਿਆ ਮੇਰੇ ਕੋਲ ਲੁੜੀਨ ਦੇ ਪੁਰਜ਼ੇ ਖਰੀਦਣ ਜੋਗੇ ਪੈਸੇ ਨਹੀਂ ਉਹਨਾਂ ਦਾ ਇੰਤਜ਼ਾਮ ਕਰਨ ਲਈ ਪਿੰਡ ਜਾਣਾ ਪਏਗਾ ਤੂੰ ਰਾਤ ਨੂੰ ਮੇਰੇ ਕਮਰੇ 'ਚ ਛੌਣੀ ਰਹੀ ਤੇ ਕੱਲ ਸਵੇਰੇ ਮੈਨੂੰ ਇੱਥੇ ਹੌਦ ਕਾਜੀ ਮਿਲੇ ਉਹ ਰਾਤ ਜਿਵੇਂ ਉਹਨੂੰ ਹਦਾਇਤ ਕੀਤੀ ਗਈ ਸੀ ਕਿਸ਼ਨ ਹੌਦ ਕਾਜੀ ਗਿਆ ਤਾਂ ਰਕੇਸ਼ ਉਹਨੂੰ ਤਰਕਾਲਾ ਦੇ 2 ਵਜੇ ਮਿਲਿਆ ਤੇ ਆਪ ਜਾ ਕੇ ਚੰਦਰੇਸ਼ ਸ਼ਰਮਾ ਨੂੰ ਉੱਥੇ ਹੀ ਲੈ ਆਇਆ ਉਥੋਂ ਰਿਕਸ਼ਿਆਂ 'ਚ ਬੈਠ ਕੇ ਨਿਊ ਵਿਗ ਰੈਸਟੋਰੈਂਟ ਚਾਂਦਨੀ ਚੌਂਕ ਗਏ ਜਿੱਥੇ ਚੰਦਰੇਸ਼ ਨੇ ਉਹਨੂੰ ਚਾਹ ਪਿਆਈ ਤੇ ਚਲੀ ਗਈ ਇਹ ਦੋਵੇਂ ਰਾਤ ਕੱਟਣ ਲਈ ਰਾਕੇਸ਼ ਤੇ ਰਿਸ਼ਤੇਦਾਰਾਂ ਦੇ ਘਰ ਕੰਪਨੀ ਬਾਗ ਆਠ ਰਹੇ ਉਸ ਤੋਂ ਅਗਲੇ ਦਿਨ ਉਹ ਫੇਰ ਹੌਜ਼ ਗਾਜ਼ੀ ਗਏ ਚੰਦਰੇਸ਼ ਨੂੰ ਮਿਲੇ ਉਹਦੇ ਨਾਲ ਰਾਮ ਜੀ ਦੀ ਟੈਕਸੀ ਵਿੱਚ ਕਨਾਟ ਪਲੇਸ ਆਈ ਜਿੱਥੇ ਰਾਕੇਸ਼ ਤੇ ਚੰਦਰੇਸ਼ ਦੋ ਘੰਟੇ ਉੱਪਰਲੀ ਮੰਜ਼ਲ ਤੇ ਰਹੇ ਰਾਮਕਿਸ਼ਨ ਦੇ ਰਾਮ ਜੀ ਹੇਠਲੀ ਮੰਜ਼ਲ ਤੇ ਤੇ ਉਸ ਤੋਂ ਬਾਅਦ ਚੰਦਰੇਸ਼ ਨੇ ਵਿਦਾ ਲਈ ਤੇ ਰਾਕੇਸ਼ ਤੋਂ ਉਹ ਰਾਮ ਲਾਲ ਜੀ ਰਾਮ ਜੀ ਨਾਲ ਮੋਤੀਆ ਖਾਨ ਪਹੁੰਚੇ ਤੇ ਜਦੋਂ ਉੱਥੋਂ ਵਾਪਸ ਆਏ ਤਾਂ ਰਾਜੇਸ਼ ਨੇ ਆਪਣੇ ਦਿਲ ਦੀ ਢੰਡੀ ਖੋਲੀ ਉਹਨੇ ਰਾਮਕਿਸ਼ਨ ਨੂੰ ਦੱਸਿਆ ਚੰਦਰੇਸ਼ ਦੀ ਇੱਕ ਡਾਕਟਰ ਨਾਲ ਦੋਸਤੀ ਹੈ ਤਾਂ ਕਿ ਉਹਨਾਂ ਦੀ ਸ਼ਾਦੀ ਹੋ ਸਕੇ ਡਾਕਟਰ ਦੀ ਬੋਟੀ ਨੂੰ ਮਾਰਨਾ ਜ਼ਰੂਰੀ ਹੈ ਤੇ ਇਹ ਕੰਮ ਤੈ ਮਤਲਬ ਰਾਮਕਿਸ਼ਨ ਨੂੰ ਕਰਨਾ ਪਏਗਾ ਇਸ ਸੇਵਾ ਦੇ ਬਦਲੇ ਤੈਨੂੰ ਚੋਖੀ ਰਕਮ ਮਿਲੇਗੀ ਜੇ ਨਾ ਕਰੇਗਾ ਤਾਂ ਜਿਉਂਦਾ ਦਾਦਰੀ ਵਾਪਸ ਨਹੀਂ ਜਾਣ ਦਿੱਤਾ ਜਾਏਗਾ। ਰਾਮਕਿਸ਼ਨ ਨੇ ਬਾਰ-ਬਾਰ ਕਿਹਾ ਮੈਂ ਗਰੀਬ ਆਦਮੀ ਆ। ਇਹ ਕੰਮ ਮੇਰੀ ਪਰੋਖੇ ਤੋਂ ਬਾਹਰ ਹੈ। ਪਰ ਜਦ ਰਾਕੇਸ਼ ਧਮਕਾਈ ਗਿਆ ਉਹ ਡਰ ਦਾ ਮੰਨ ਗਿਆ। ਰਾਕੇਸ਼ ਨੇ ਉਹਨੂੰ 40 ਰੁਪਏ ਦਿੱਤੇ ਤੇ ਕਿਹਾ ਗਾਜ਼ੀਆਬਾਦ ਚ ਰਾਕਾ ਦੀ ਦੁਕਾਨ ਤੋਂ ਚਾਕੂ ਲੈ ਕੇ ਆ ਤੇ ਉਹ ਦੱਸੇ ਹੋਏ ਪਤੇ ਤੋਂ 8 ਰੁਪਏ ਚ ਚਾਕੂ ਖਰੀਦ ਲਿਆ। ਅਗਲੇ ਦਿਨ ਚੰਦਰੇਸ਼ ਤੇ ਰਾਕੇਸ਼ ਉਹਨੂੰ ਹੌਜਕਾਜ਼ੀ ਮਿਲੇ। ਉੱਥੋਂ ਯਾਰਕ ਰੈਸਟੋਰੈਂਟ ਪਹੁੰਚੇ। ਜਿੱਥੇ ਰਾਕੇਸ਼ ਚੰਦਰੇਸ਼ ਤੇ ਰਾਮਜੀ ਅੱਡ ਬੈਠੇ ਰਾਮਕਿਸ਼ਨ ਅੱਡ ਤੇ ਜਦੋਂ ਚੰਦਰੇਸ਼ ਚਲੀ ਗਈ ਰਾਕੇਸ਼ ਨੇ ਰਾਮਕਿਸ਼ਨ ਨੂੰ ਕਿਹਾ ਵੀ ਚਲ ਤੈਨੂੰ ਡਾਕਟਰ ਦੀ ਕੋਠੀ ਵਿਖਾ ਦੇਈਏ ਉਹ ਡਿਫੈਂਸ ਕਲੋਨੀ ਗਏ ਟੈਕਸੀ ਕੁਝ ਫਾਸਲੇ ਤੇ ਖੜੀ ਕਰਕੇ ਰਾਮਕਿਸ਼ਨ ਦੀ ਡਾਕਟਰ ਜੈਨ ਦੀ ਕੋਠੀ ਤੇ ਨਜ਼ਰ ਮਰਵਾ ਦਿੱਤੀ ਤੇ ਇਹ ਵੀ ਜ਼ਹਿਨਸ਼ੀਨ ਕਰਵਾ ਦਿੱਤਾ ਕਿ ਜੇ ਉਹਨੇ ਨਿਸ਼ਚਿਤ ਕੰਮ ਨੇਪਰੇ ਨਾ ਚੜਿਆ ਤਾਂ ਉਹਨੂੰ ਆਪ ਮਰਨਾ ਪਏਗਾ ਰਾਮਕਿਸ਼ਨ ਦਾ ਉਕਤ ਅਪਰਾਧ ਕਰਨ ਦਾ ਕੋਈ ਇਰਾਦਾ ਨਹੀਂ ਸੀ ਉਨੇ ਉਹਨੂੰ ਦਿੱਤਾ ਗਿਆ ਅੱਧਾ ਘੰਟਾ ਜਿਵੇਂ ਕਿਵੇਂ ਕੱਢ ਦਿੱਤਾ ਜਦ ਰakesh ਤੇ रामਜੀਵ ਵਾਪਸ ਆਏ ਤਾਂ ਉਹਨਾਂ ਨੇ ਉਹਨੂੰ ਝਾੜ ਪਾਈ ਕਿ ਚੁੱਪਚਾਪ ਖੜਾ ਰਿਹਾ ਤੇ ਉਹ ਚਲੀ ਵੀ ਗਈ ਰakesh ਤੇ ਉਹਦੇ ਸਾਥੀ ਡਿਫੈਂਸ ਕਲੋਨੀ ਦੇ ਖੋਜਕਾਜ਼ੀ ਆਏ ਉੱਥੋਂ ਚੰਦਰੇਸ਼ ਉਹਨਾਂ ਨਾਲ ਉਸੇ ਟੈਕਸੀ 'ਚ ਆਰ ਕੇ ਪੁਰਮ ਦੀ ਜੋਤਸ਼ੀ ਕੋਲ ਗਈ ਜਿਨੇ ਉਹਨੂੰ ਐਤਵਾਰ ਨੂੰ ਫੇਰ ਆਉਣ ਲਈ ਕਿਹਾ ਸੀ ਵਾਪਸੀ ਤੇ ਰakesh ਨੇ ਚੰਦਰੇਸ਼ ਨੂੰ ਕਨਾਟ ਪਲੇਸ ਉਤਾਰਿਆ ਤੇ ਰਾਮਕਿਸ਼ਨ ਨੂੰ 12 ਖੰਭਾ ਰੋਡ ਤੇ ਡਾਕਟਰ ਜੈਨ ਦਾ ਦਫਤਰ ਬਖਾਉਣ ਲੈ ਗਿਆ ਡਾਕਟਰ ਜੈਨ ਨੇ ਕਲੀਨਿਕ ਦੀਆਂ ਦੀਵਾਰਾਂ ਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਲਾਈਆਂ ਸਨ ਰਾਕੇਸ਼ ਨੇ ਉਹਨਾਂ ਤਸਵੀਰਾਂ ਰਾਮਕਿਸ਼ਨ ਦੇ ਧਿਆਨ 'ਚ ਲਿਆ ਕੇ ਦੱਸਿਆ ਕਿ ਡਾਕਟਰ ਵੱਡਾ ਆਦਮੀ ਹੈ ਇਸ ਲਈ ਤੈਨੂੰ ਘਬਰਾਉਣ ਦੀ ਲੋੜ ਨਹੀਂ ਹੇਠਾਂ ਉਤਰ ਕੇ ਰਾਕੇਸ਼ ਨੇ ਡਾਕਟਰ ਦੇ ਡਰਾਈਵਰ ਚੌਧਰੀ ਨੂੰ ਕਿਹਾ ਕਿ ਡਾਕਟਰ ਸਾਹਿਬ ਨੇ ਰਾਮਕੀਸ਼ਨ ਦੀ ਮਾਂ ਦੀ ਅੱਖਾਂ ਦਾ ਆਪਰੇਸ਼ਨ ਕਰਨਾ ਹੈ ਤੇ ਅੱਜ ਦੀ ਰਾਤ ਵਿੱਚ ਉਹਨਾਂ ਦੀ ਕੋਠੀ 'ਚ ਰਹੇਗਾ। ਤੁਹਾਨੂੰ ਸੌਣ ਲਈ ਬਿਸਤਰਾ ਦੇ ਦੇ। ਰਾਕੇਸ਼ ਤੇ ਰਾਮ ਜੀ ਨੇ ਉਹਨੂੰ ਇੱਕ ਚਾਹ ਦੀ ਦੁਕਾਨ ਤੇ ਲਿਜਾ ਕੇ ਗਿਆ ਜੀ ਤੈਨ ਸਾਡੀ ਗੱਲ ਨਾ ਮੰਨੀ ਤਾਂ ਤੇਰੀ ਜਾਨ ਦੀ ਖੈਰ ਨਹੀਂ ਤੇ ਫਿਰ ਉਹਨੂੰ ਚੌਧਰੀ ਕੋਲ ਛੱਡ ਆਏ। ਚੌਧਰੀ ਨੇ ਚਾਇਆ ਰਾਮਕੀਸ਼ਨ ਉਹਦੀ ਕਾਰ ਵਿੱਚ ਹੀ ਸੌਂ ਰਹੇ ਪਰ ਉਹ ਇਸ ਤੇ ਰਜ਼ਾਮੰਦ ਨਾ ਹੋਇਆ ਉਹਨੇ ਰਾਤ ਡਰਾਈਵਰ ਦੀ ਕੋਠੜੀ 'ਚ guzari ਤੇ ਆਰਾਮ ਨਾਲ ਸੁੱਤਾ ਰਿਹਾ। ਰਾਮਕਿਸ਼ਨ ਸਵੇਰੇ ਜਾਗਿਆ ਉਹਨੇ ਦੌੜ ਜਾਣ ਦਾ ਨਿਸ਼ਚਾ ਬਣਾ ਲਿਆ ਡਿਲਾਈਟ ਸਿਨੇਮੇ ਤੱਕ ਦਾ ਸਫ਼ਰ ਉਹਨੇ ਬੱਸ ਰਾਈ ਕੀਤਾ ਫਿਰ ਸਕੂਟਰ ਫੜ ਲਿਆ ਜਦੋਂ ਸਕੂਟਰ ਹੌਜ਼ ਕਾਜ਼ੀ ਵਿੱਚੋਂ ਲੰਘ ਰਿਹਾ ਸੀ ਤੇ ਉਹ ਬਦਕਿਸਮਤੀ ਨਾਲ ਰਕੇਸ਼ ਦੀ ਨਜ਼ਰ ਪੈ ਗਿਆ ਤੇ ਉਹਨੇ ਰਾਮਕਿਸ਼ਨ ਨੂੰ ਆਵਾਜ਼ ਮਾਰ ਕੇ ਰੋਕ ਲਿਆ ਤੇ ਉਹਨੂੰ ਗਾਲ੍ਹਾਂ ਦਿੱਤੀਆਂ ਉਹ ਰਾਤ ਰਾਮਕਿਸ਼ਨ ਨੇ RAM ਜੀ ਦੀ ਕੋਠੜੀ 'ਚ ਕੱਟੀ ਜਿੱਥੇ RAM ਜੀ ਨੇ ਵੀ ਉਹਨੂੰ ਬੁਰਾ ਭਲਾ ਕਿਹਾ ਅਗਲੇ ਦਿਨ RAMKISHAN ਨੂੰ ਹਦਾਇਤ ਦਿੱਤੀ ਗਈ ਕਿ ਉਹ RAKESH ਵੱਲੋਂ ਇੱਕ ਖਾਸ ਨੰਬਰ ਤੇ ਫੋਨ ਕਰਕੇ ਟੈਕਸੀ ਮੰਗਵਾ ਲਵੇ ਪਰ ਫੋਨ ਸੁਣਨ ਵਾਲੇ ਨੂੰ RAKESH ਦੀ ਆਵਾਜ਼ ਦੀ ਪਛਾਣ ਸੀ ਉਹਨੇ ਟੈਕਸੀ ਨਾ ਭੇਜੀ ਉਸ ਰਾਤ ਉਹ RAKESH ਨਾਲ ਕਪਾਸ ਹੇੜੇ ਰਿਆ ਆਉਣ ਵਾਲੀ ਸਵੇਰ RAKESH, RAM JI ਤੇ RAMKISHAN ਨੇ ਫਿਰ CHANDRESH ਨਾਲ YORK RESTAURANT ਦਾ ਚੱਕਰ ਮਾਰਿਆ ਤੇ ਉੱਥੇ RAKESH ਤੇ RAM JI RAMKISHAN DEFENCE COLONY ਲੈ ਗਏ ਉਹਨੂੰ ਕਿਹਾ ਅੱਜ ਤਾ ਜ਼ਰੂਰੀ ਤੈਨੂੰ ਸੌਂਪਿਆ ਗਿਆ ਕੰਮ ਮੁੱਕ ਜਾਣਾ ਚਾਹੀਦਾ ਪਰ ਉਹਨੇ ਦਲੇਰੀ ਨਾਲ ਆਖ ਦਿੱਤਾ ਉਹ ਕੰਮ ਮੈਥੋ ਨਹੀਂ ਹੁੰਦਾ ਤੁਸੀਂ ਬੇਸ਼ੱਕ ਮੈਨੂੰ ਜਾਨੋਂ ਮਾਰ ਦਿਓ ਰਾਕੇਸ਼ ਤੇ ਰਾਮ ਜੀ ਨੇ ਫਿਰ ਭੋਗਲ ਤੋਂ ਕਲਿਆਣ ਗੁਪਤਾ ਨੂੰ ਸਾਧ ਲਿਆਂਦਾ ਰਾਕੇਸ਼ ਨੇ ਰਾਮਕਿਸ਼ਨ ਦੀ ਇਸ ਧਮਕੀ ਨਾਲ ਛੁੱਟੀ ਕਰ ਦਿੱਤੀ ਕਿ ਜੇ ਉਹਨੇ ਕਿਸੇ ਕੋਲ ਜ਼ਰਾ ਜਿੰਨੀ ਵੀ ਭਾਫ ਕੱਢੀ ਤਾਂ ਉਹਦੇ ਨਾਲ ਨਿਪਟ ਲਏਗਾ ਰਾਮਕਿਸ਼ਨ ਦਾਦਰੀ ਲਈ ਬੱਸ ਵਿੱਚ ਬਹਿ ਗਿਆ ਤੇ ਉਹਨੇ ਗਾਜ਼ੀਆਬਾਦ ਤੋਂ ਖਰੀਦਿਆ ਚਾਕੂ ਰਸਤੇ 'ਚ ਝੱਜਰ ਕੋਲੇ ਕਨਾਲੇ 'ਚ ਸੁੱਟ ਦਿੱਤਾ। ਇਸ ਤਰ੍ਹਾਂ ਰੱਖ ਕੇ ਇਸ ਦੇ ਲੱਭੇ ਦੂਜੇ ਕਾਤਲ ਤੇ ਵੀ ਪੂਰੀ ਨਾ ਪਈ। ਉਸੇ ਮਹੀਨੇ ਦਸੰਬਰ ਦੀ 7 ਤਰੀਕ ਨੂੰ ਰਾਕੇਸ਼ ਰਾਮਕਿਸ਼ਨ ਨੂੰ ਮਿਲਿਆ। ਉਹਨੇ ਕਿਹਾ ਤੇਰੀ ਕਿਸਮਤ 'ਚ ਲੋਹੇ ਨਾਲ ਟੱਕਰਾਂ ਮਾਰਨੀਆਂ ਹੀ ਲਿਖੀਆਂ। ਉਹ ਕੰਮ ਹੋ ਗਿਆ ਪਰ ਖਬਰਦਾਰ ਜੇ ਕਿਸੇ ਕੋਲ ਗੱਲ ਕੀਤੀ ਤਾਂ। ਕਲਿਆਣ ਗੁਪਤਾ ਦੀ 10 ਰਾਮ ਜੀ ਨੇ ਪਾਈ ਸੀ ਪਰ ਜਦ ਰਾਕੇਸ਼ ਨੇ ਉਹਨੂੰ ਕਿਹਾ ਵੀ ਇਹ ਇੱਕ ਡਾਕਟਰ ਦੀ ਪਤਨੀ ਕਤਲ ਕਰਨੀ ਹੈ। ਕੋਈ ਟੱਬ ਸਿਰ ਦੇ ਬੰਦੇ ਟਕਰਾ ਤਾਂ ਉਹਨੇ ਜਵਾਬ ਦਿੱਤਾ ਇਸ ਤਰ੍ਹਾਂ ਦਾ ਪ੍ਰਬੰਧ ਦਿੱਲੀ 'ਚ ਨਹੀਂ ਹੋ ਸਕਦਾ ਉਹਦੇ ਲਈ ਮੇਰੇ ਮਾਲਕ ਭਾਗੀਰਥ ਨਾਲ ਗੱਲ ਕਰੋ ਰਕੇਸ਼ ਬੋਲਿਆ ਤਾਂ ਚੱਲ ਭਾਗੀਰਥ ਤੇ ਪਿੰਡ ਚੱਲਦੇ ਆਂ ਰਾਮਕਿਸ਼ਨ ਜੀਤੇ ਰੰਗ ਲੱਗਣ ਦੀ ਹੁਣ ਕੋਈ ਆਸ ਨਹੀਂ ਰਹੀ ਸੀ ਨੂੰ ਰਾਹ ਚ ਉਤਾਰ ਕੇ ਰਕੇਸ਼ RAM ਜੀ ਤੇ ਕਲਿਆਣ ਪਲਵਲ ਤਹਿਸੀਲ ਚ ਘੋੜੀ ਪਹੁੰਚੇ ਭਾਗੀਰਥ ਦੋ ਕੁ ਮੀਲ ਦੇ ਕਿਸੇ ਹੋਰ ਥਾਂ ਗਿਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਉੱਥੇ ਹੀ ਜਾ ਫੜਿਆ ਕल्याण ਨੇ ਰਾਕੇਸ਼ ਦੀ ਭਾਗੀਰਥ ਨਾਲ ਜਾਣ-ਪਛਾਣ ਕਰਾਈ ਰਾਕੇਸ਼ ਨੇ ਭਾਗੀਰਥ ਕੋਲ ਇੱਕ ਡਾਕਟਰ ਦੀ ਪਤਨੀ ਦੀ ਹਲਕ ਮਕੌਣ ਲਈ ਲੋੜੀਂਦੇ ਕਾਤ ਲੱਭਣ ਦਾ ਸਵਾਲ ਪਾ ਦਿੱਤਾ ਭਾਗੀਰਥ ਨੇ ਕਿਹਾ ਕੋਈ ਗੱਲ ਨਹੀਂ ਉਹਦਾ ਇੰਤਜ਼ਾਮ ਹੋ ਜਾਏਗਾ ਧੰਵਾਦ ਚਲਦਾ